ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਸਾਡੇ ਚੈਨਲ 'ਤੇ। ਲਓ ਜੀ, ਜਵਾਕਾਂ ਦੀ ਗੱਲ ਕਰੀਏ। ਕਹਿੰਦੇ ਵੀ ਨਿਆਣੇ ਰੱਬ ਦਾ ਰੂਪ ਹੁੰਦੇ ਆ, ਪਰ ਮੈਨੂੰ ਨਹੀਂ ਲੱਗਦਾ ਵੀ ਰੱਬ ਇੰਨੀਆਂ ਐਲਤਾਂ ਕਰਦਾ ਹੋਊ ਜਿੰਨੀਆਂ ਐਲਤਾਂ ਇਹ ਕਰਦੇ ਆ। ਅਤੇ ਲਓ ਜੀ, ਨਿਆਣੇ ਆਏ ਸੀ ਨਾਨਕਿਆਂ ਦੇ ਅਤੇ ਕਹਿੰਦੇ ਘੁੰਮਣ ਜਾਣਾ ਮਾਮਾ। ਅਤੇ ਤੁਹਾਨੂੰ ਪਤਾ ਮਾਮੇ ਦੇ ਨਿਆਣੇ ਲਾਡਲੇ ਹੁੰਦੇ ਆ। ਮਾਮਾ ਕਹਿੰਦਾ ਚਲੋ ਲੈ ਚੱਲਦੇ ਹਾਂ, ਅਤੇ ਨਾਲ ਹੀ ਜੀਤ ਸਿੰਘ ਹੁਣੀ ਹੋ ਗਿਆ ਤਿਆਰ। ਅਤੇ ਲਓ ਜੀ, ਅਸੀਂ ਤੁਰ ਪਏ ਹਾਂ, ਘਰੋਂ ਨਿਕਲੇ ਹਾਂ ਬਾਹਰ। ਅਤੇ ਆਹ ਲਓ ਜੀ, ਸੜਕ 'ਤੇ ਲੱਗੇ ਹਾਂ ਚੜ੍ਹਨ। ਅਤੇ ਅਸੀਂ ਗੱਡੀ ਕੱਢਤੀ ਆ ਜੀ ਜਲੰਧਰ ਆਲੂ, ਨਾਲੇ ਕਹਿੰਦੇ ਕੁਛ ਖਾ ਪੀ ਕੇ ਆਵਾਂਗੇ ਅਤੇ ਨਾਲੇ ਚਾਰ ਖੇਲਾਂ ਦਾ ਨਜ਼ਾਰਾ ਲੈ ਲਾਂਗੇ। ਅਤੇ ਲਓ ਜੀ, ਜਿੱਦਾਂ ਹਰੇਕ ਦੀ ਤਰ੍ਹਾਂ ਅਜੀਤ ਸਿੰਘ ਹੁਣਾਂ ਦੇ ਵਿੱਚ ਭੰਗੜਾ ਆ ਰਿਹਾ ਹੌਲੀ ਹੌਲੀ। ਅਤੇ ਆਹ ਲਓ ਜੀ, ਇਹ ਆ, ਅਤੇ ਆਹ ਲਓ ਜੀ, ਪਹੁੰਚ ਚੁੱਕੇ ਹਾਂ। ਅਤੇ ਨਾਲ ਹੀ ਖੇਡਾਂ ਦਾ ਕੰਮ ਹੋ ਗਿਆ ਸ਼ੁਰੂ। ਇਹ ਨਾ ਕਿਊਰੋ ਮੋਲ ਦੇ ਥੱਲੇ ਬਣਿਆ ਹੋਇਆ ਬਹੁਤ ਸੋਹਣਾ ਫਨ ਜ਼ੋਨ ਆ ਜੀ, ਬਹੁਤ ਸੋਹਣਾ। ਤੁਸੀਂ ਵੀ ਜੇ ਤੁਹਾਨੂੰ ਕਿਊਰੋ ਮੋਲ ਦਾ ਪਤਾ 66 ਫੀਟ ਰੋਡ 'ਤੇ ਆ, ਅਤੇ ਤੁਸੀਂ ਵੀ ਆਪਦੇ ਜਵਾਕਾਂ ਨੂੰ ਲੈ ਕੇ ਜਾਇਓ, ਬਹੁਤ ਵਧੀਆ ਚੀਜ਼ ਆ। ਅਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਇੱਕ ਵਾਜਬ ਜਿਹਾ ਰੇਟ ਆ, ਬਹੁਤ ਵਧੀਆ। ਜੇ ਮਤਲਬ ਹੈਗੇ ਆ 2 ਘੰਟੇ ਤਾਂ ਨਿਆਣੇ ਇੱਥੇ ਛੱਡ ਦੇਣੇ ਚਾਹੀਦੇ ਆ, ਅਤੇ ਨਿਆਣਿਆਂ ਨੂੰ ਆਪਦੀ ਮਨ ਮਰਜ਼ੀ ਕਰਨੀ ਚਾਹੀਦੀ ਆ। ਅਤੇ ਲਓ ਜੀ, ਅਜੀਤ ਸਿੰਘ ਹੁਣੀ ਆਪਦੀ ਮਨ ਮਰਜ਼ੀਆਂ ਕਰਦੇ ਹੋਏ, ਅਤੇ ਨਾਲ ਪ੍ਰਭ ਰੀਤ ਆ, ਅਤੇ ਨਾਲ ਅਸੀਸ ਅਤੇ ਸਾਂਝ ਆ ਜੀ। ਅਤੇ ਆਹ ਲਓ ਜੀ, ਕਿਸੇ ਮੇਰੇ ਵੀਰ ਦਾ ਮੈਸੇਜ ਆਇਆ ਸੀ, ਕਹਿੰਦਾ ਜੀ 3 ਬੇਟੀਆਂ ਦੇ ਬਾਅਦ 'ਚੋਂ ਮੁੰਡਾ ਹੋਇਆ ਤੁਹਾਡੇ। ਨਹੀਂ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ, ਇਹ ਜਿਹੜਾ ਅਜੀਤ ਸਿੰਘ ਅਤੇ ਪ੍ਰਭ ਰੀਤ ਆ ਜੀ, ਇਹ ਭੈਣ ਭਾਈ ਦੋਨੇ ਆ, ਅਤੇ ਅਸੀਸਾਂ 'ਚ ਦੋਨੀ ਭੈਣਾਂ ਆ। ਅਤੇ ਲਓ ਜੀ, ਅਜੀਤ ਸਿੰਘ ਹੁਣੀ ਆਪਦੀਆਂ ਐਲਤਾਂ ਕਰਦੇ ਹੋਏ। ਲਓ, ਅਜੀਤ ਸਿੰਘ ਨੂੰ ਦੂਜੇ ਪਾਸੇ ਉਹ ਝੂਟਾ ਮਿਲਿਆ ਨਹੀਂ, ਅਤੇ ਇੱਧਰ ਦੀ ਕੋਈ ਕੰਮ ਚਲਾ ਤਾ, ਕਿਉਂਕਿ ਆਪਾਂ ਸਾਰਿਆਂ ਨੇ ਸੁਣਿਆ ਹੀ ਆ ਉਹ ਗੀਤ ਵੀ ਜੱਟ ਜਗਾੜੂ ਹੁੰਦੇ ਆ, ਉਹ ਗੱਲ ਆ ਵੀ ਕੋਈ ਨਾ ਕੋਈ ਜਗਾੜ ਲਾ ਹੀ ਲੈਂਦੇ ਆ। ਅਤੇ ਆਹ ਲਓ ਜੀ, ਅਜੀਤ ਸਿੰਘ ਦੀ ਵਾਰੀ ਆ ਗਈ ਆ ਛੜੱਪੇ ਮਾਰਨ 'ਤੇ। ਅਤੇ ਆਹ ਲਓ, ਇਹ ਨਹੀਂ ਬਈ ਬਣੀ ਨਹੀਂ ਗੱਲ, ਅਜੀਤ ਸਿੰਘ ਹੁਣਾਂ ਦੀ ਛੜੱਪਿਆਂ ਵਾਲੇ ਪਾਸੇ ਗੱਲ ਨਹੀਂ ਬਣੀ। ਅਤੇ ਇੱਧਰ ਅਜੀਤ ਸਿੰਘ ਹੁਣੀ ਆਪਦੀ ਮਰਜ਼ੀ ਕਰਨ ਲਈ ਸਾਈਕਲ ਹੀ ਉਸ ਪਾਸੇ ਸੈੱਟ ਲਈ ਆ ਜਿੱਧਰ ਉਹਨਾਂ ਨੇ ਸਪੈਸ਼ਲ ਲਿਖ ਕੇ ਲਾਇਆ ਵੀ ਤੁਸੀਂ ਇੱਧਰ ਕੋਈ ਵੀ ਟੋਏ ਨਹੀਂ ਚਲਾ ਸਕਦੇ, ਕਿਉਂਕਿ ਉੱਧਰ ਬੋਲਾਂ ਆ ਅਤੇ ਬੋਲਾਂ ਨਾਲ ਹੀ ਖੇਡ ਸਕਦੇ ਹਾਂ। ਪਰ ਅਜੀਤ ਸਿੰਘ ਹੁਣੀ ਕਿੱਥੇ ਮੰਨਦੇ ਆ, ਕਹਿੰਦੇ ਅਸੀਂ ਤਾਂ ਉੱਥੇ ਹੀ ਸਾਈਕਲ ਹੀ ਚਲਾਵਾਂਗੇ ਜਿੱਥੇ ਤੁਸੀਂ ਨਾਂ ਲਿਖੀ ਹੋਈ ਆ। ਅਤੇ ਆਹ ਲਓ ਜੀ, ਅਜੀਤ ਸਿੰਘ ਹੁਣੀ ਸਾਈਕਲ ਹੀ ਚਲਾਉਂਦੇ ਹੋਏ ਬੋਲਾਂ ਦੇ ਉੱਤੇ। ਅਤੇ ਮੈਂ ਕਹਿੰਦਾ ਵੀ ਗੱਲ ਉਹ ਆ ਵੀ ਜਿੰਨੇ ਨਜ਼ਾਰੇ ਅਜੀਤ ਸਿੰਘ ਹੁਣੀ ਲੈ ਜਾਂਦੇ ਆ ਵੀ ਤੂੰ ਬਾਈ ਆ, ਅਤੇ ਆ ਜਿੰਨਾ ਚਿਰ ਕੋਈ ਕਹਿਣ ਨਹੀਂ ਆਇਆ ਉਨਾ ਚਿਰ ਹਟਣਾ ਤਾਂ ਆਪਾਂ ਹੈ ਨਹੀਂ। ਅਤੇ ਆਹ ਲਓ ਜੀ, ਅਜੀਤ ਸਿੰਘ ਹੁਣਾਂ ਦੀ ਸਾਈਕਲ ਹੀ ਕੱਢ ਦਿੱਤੀ ਆ ਬਾਹਰ। ਅਤੇ ਹੁਣ ਅਜੀਤ ਸਿੰਘ ਹੁਣਾਂ ਨੇ ਘੋੜਾ ਲਿਆ ਆ ਫੜ। ਅੱਛਾ, ਘੋੜੇ ਤੋਂ ਇੱਕ ਹੋਰ ਪੰਗਾ ਪੈ ਗਿਆ, ਹੁਣ ਇਹਨੂੰ ਘੋੜਾ ਵੀ ਲਿਆ ਕੇ ਦੇਣਾ ਪੈਣਾ, ਕਿਉਂਕਿ ਇਹਨੂੰ ਯਾਦ ਨਹੀਂ ਭੁੱਲਿਆ। ਅਤੇ ਘੋੜੇ ਦੇ ਝੂਟੇ ਇਹਨੂੰ ਇੰਨੇ ਪਸੰਦ ਆਏ ਤਾਂ ਕਹਿੰਦਾ ਸੀ ਨਾਲ ਹੀ ਲੈ ਕੇ ਜਾਣਾ, ਪਰ ਗੱਲ ਇਹ ਹੋਈ ਵੀ ਚਲੋ ਨਾਲ ਇੱਦਾਂ ਤਾਂ ਲਿਆ ਨਹੀਂ ਸੀ ਸਕਦੇ, ਅਤੇ ਹੁਣ ਚਲੋ ਘੋੜਾ ਲੈ ਕੇ ਦਿੰਦੇ ਹਾਂ। ਅਤੇ ਫਿਰ ਅਜੀਤ ਸਿੰਘ ਹੁਣੀ ਖੇਡਾਂ ਨਾਲ ਖੇਡਦੇ ਹੋਏ, ਅਤੇ ਆਹ ਲਓ ਜੀ, ਅਜੀਤ ਸਿੰਘ ਹੁਣਾਂ ਦੀ ਘੋੜੇ ਦੀ ਤਮੰਨਾ ਲੱਗੀ ਆ ਪੂਰੀ ਹੋਣ, ਅਤੇ ਦੂਜੇ ਘੋੜਿਆਂ ਦੇ ਅਜੀਤ ਸਿੰਘ ਹੁਣੀ ਦਿੱਤੇ ਆ ਬਿਠਾ। ਪਰ ਇਹਨਾਂ ਦੇ ਚਿਹਰੇ ਦੇਖ ਕੇ ਨਾ ਮੈਨੂੰ ਇੱਦਾਂ ਲੱਗਦਾ ਆ ਵੀ ਜਿੱਦਾਂ ਇਹ ਕਹਿੰਦੇ ਹੁੰਦੇ ਵੀ ਸਾਨੂੰ ਕਿਹੜੀ ਚੀਜ਼ 'ਤੇ ਬਿਠਾ ਤਾ, ਕਿਉਂਕਿ ਇਹ ਚੱਲਦੇ ਹੀ ਵਿਚਾਰੇ ਇੰਨੇ ਹੌਲੀ ਆ। ਅਤੇ ਹੌਲੀ ਵਾਲੇ ਆਪਣੇ ਜਵਾਕ ਹੈ ਨਹੀਂ, ਇਹ ਤਾਂ ਕਹਿੰਦੇ ਵੀ ਪੂਰੀ ਫੁੱਲ ਸਪੀਡ ਝੂਟੇ ਦੀ ਕਰੋ ਫੇ ਨਜ਼ਾਰਾ ਆਊਗਾ। ਅਤੇ ਉਹ ਤਾਂ ਇੱਕ ਕਹਿ ਲਓ ਵੀ ਚੱਕ ਕੇ ਬਿਠਾ ਤੇ ਆ, ਅਤੇ ਇੱਕ ਟਾਈਮ ਪਾਸ ਹੋ ਰਿਹਾ ਆ। ਅਤੇ ਦੇਖੋ ਚਿਹਰਿਆਂ ਤੋਂ, ਸਰੀਰ ਤੋਂ, ਸਾਰੀ ਹਰੇਕ ਚੀਜ਼ ਤੋਂ ਪਤਾ ਲੱਗਦਾ ਵੀ ਇੱਕ ਟਾਈਮ ਪਾਸ ਕਰ ਰਹੇ ਆ। ਅਤੇ ਆਹ ਲਓ ਜੀ, ਘੋੜਿਆਂ ਦੇ ਝੂਟਿਆਂ ਤੋਂ ਬਾਅਦ 'ਚੋਂ ਕਦੀ ਕਾਰਾਂ 'ਤੇ, ਕਦੀ ਕਿਸੇ ਚੀਜ਼ 'ਤੇ, ਕਦੀ ਕਿਸੇ ਚੀਜ਼ 'ਤੇ। ਮੈਂ ਕਹਿੰਦਾ ਇਹ ਕੋਈ ਛੋਟਾ ਭੀਮ ਸੀਗਾ, ਉਹ ਵੀ ਉਹ 'ਤੇ ਵੀ ਬੜੇ ਝੂਟੇ ਬਈ ਜਵਾਕਾਂ ਨੇ ਤੋਬਾਈ ਕਰਾ ਤੀ। ਅਤੇ ਆਹ ਲਓ ਜੀ, ਮਹਾਰਾਜਿਆਂ ਵਾਲੀ ਫੀਲਿੰਗ ਲੈ ਹੋ ਰਹੀ ਆ। ਅਤੇ ਐਂ ਨਹੀਂ ਲੱਗਦਾ ਵੀ ਜਿੱਦਾਂ ਕੋਈ ਚਮਕਦਾ ਰੱਥ ਕਿਤੇ ਉੱਤੋਂ ਪਹਾੜਾਂ ਤੋਂ ਉੱਤਰ ਕੇ ਜਾਂ ਸਮਾਨ ਤੋਂ ਉੱਤਰ ਕੇ ਆਇਆ ਹੋਵੇ। ਅਤੇ ਜਦੋਂ ਇਹ ਮੈਂ ਝੂਟੇ ਵੱਲ ਦੇਖਦਾ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਇਹ ਮੱਛੀ ਆ ਕਿ ਉੱਡਣ ਵਾਲੀ ਆ ਕਿ ਪਾਣੀ 'ਚ ਤੈਰਨ ਵਾਲੀ ਆ, ਕਿਉਂਕਿ ਇਹਦੇ ਫਰਜ਼ ਵੀ ਬਣਾਏ ਆ। ਪਰ ਚਲੋ
ਜੋ ਵੀ ਆ ਹੈ ਵਧੀਆ ਚੀਜ਼ ਆ। ਅਤੇ ਅਜੀਤ ਸਿੰਘ ਹੁਣਾਂ ਨੇ ਪੂਰੀ ਮਹਾਰਾਜਿਆਂ ਵਾਲੀ ਫੀਲਿੰਗ ਲਈ ਇਸ ਝੂਟੇ ਦੇ ਉੱਤੇ ਚੜ੍ਹ ਕੇ, ਅਤੇ ਕਿਉਂਕਿ ਚਮਕਦਾ ਦਮਕਦਾ ਝੂਟਾ ਸੀਗਾ, ਭਾਵੇਂ ਹੌਲੀ ਸੀ ਪਰ ਫਿਰ ਵੀ ਮਜ਼ੇਦਾਰ ਸੀ। ਅਤੇ ਲਓ ਜੀ, ਝੂਟਿਆਂ ਤੋਂ ਬਾਅਦ 'ਚੋਂ ਆ ਗਈ ਆ ਖਾਣ ਦੀ ਵਾਰੀ। ਪਤਾ ਨਹੀਂ ਸਰਦਾਰ ਹੁਣਾਂ ਨੇ ਮਿਰਚ ਖਾ ਲਿਆ ਕੀ ਖਾ ਲਿਆ, ਜਿਹੜਾ ਮੂੰਹ ਇੱਦਾਂ ਦੇ ਬਣਾ ਹੋ ਰਿਹਾ। ਅਤੇ ਲਓ ਜੀ, ਗੁੜ ਦੇ ਨਾਲ ਪਾਣੀ ਦਿੱਤਾ ਦੇ, ਅਤੇ ਹੁਣ ਅਜੀਤ ਸਿੰਘ ਹੁਣੀ ਹੈਗੇ ਆ ਖੁਸ਼, ਕਿਉਂਕਿ ਝੂਟੇ ਮਾਟੇ ਕਰਕੇ ਸਾਰੇ ਕਹਿੰਦੇ ਵੀ ਹੁਣ ਆਪਾਂ ਖਾਣ ਜਾਣਾ ਆ, ਭੁੱਖ ਲੱਗੀ ਆ। ਭਾਵੇਂ ਖਾਣਾ ਤਾਂ ਇਹਨਾਂ ਨੇ ਫਰਾਈਆਂ ਫਰੂਈਆਂ ਹੀ ਹੋਣ, ਪਰ ਫਿਰ ਵੀ ਚਲੋ। ਹਵੇਲੀ, ਜਿਹੜੀ ਹਵੇਲੀ ਦੀ ਅੱਗੇ ਮੈਂ ਵੀਡੀਓ ਪਾਈ ਸੀ, ਇਹ ਉਹੀ ਹਵੇਲੀ ਆ, 66 ਫੀਟ ਰੋਡ 'ਤੇ ਨਵੀਂ ਬਣੀ ਆ। ਤੁਹਾਨੂੰ ਸਾਰਿਆਂ ਨੂੰ ਮੇਰੀ ਤਾਂ ਬੇਨਤੀ ਆ ਵੀ ਦੇਖਣ ਆਓ, ਕਿਉਂਕਿ ਇੱਥੇ ਬਹੁਤ ਪੁਰਾਣੀਆਂ ਚੀਜ਼ਾਂ ਆ ਜਿਹੜੀਆਂ ਆਪਣਾ ਵਿਰਸਾ ਦਿਖਾਉਂਦੀਆਂ ਆ ਵੀ ਆਪਾਂ ਪੁਰਾਣੇ ਲੋਕ ਕਿੱਦਾਂ ਰਹਿਣ ਸਹਿਣ ਸੀ। ਭੱਠੀਆਂ ਪਈਆਂ ਆ, ਮਧਾਣੀਆਂ ਪਈਆਂ ਆ, ਪਾਥੀਆਂ ਪਈਆਂ ਆ, ਕਿਆ ਬਾਤ ਹੀ ਆ। ਅੰਦਰੋਂ ਇਹਨਾਂ ਦਾ ਬਹੁਤ ਸੋਹਣਾ ਬਣਾਇਆ ਸਿਸਟਮ, ਖਾਣ ਪੀਣ ਇਹਨਾਂ ਦਾ ਬਹੁਤ ਵਧੀਆ, ਬਾਕੀ ਸਾਫ਼ ਸਫਾਈ ਜਿਹੜੀ ਮੇਨ ਗੱਲ ਆ ਉਹ ਬਹੁਤ ਆ। ਅਤੇ ਬਾਕੀ ਬੱਚੇ ਵੀ ਆਣ ਕੇ ਇੱਥੇ ਖੁਸ਼ ਹੁੰਦੇ ਆ। ਅਤੇ ਆਹ ਦੇਖ ਲਓ ਜੀ, ਸਰਦਾਰ ਹੁਣੀ ਪੂਰੇ ਖੁਸ਼ ਆ, ਸਿਰ ਘੁਮਾਉਣ ਡਏ ਆ, ਸਿਰ ਘੁਮਾ ਘੁਮੂ ਕੇ ਅਤੇ ਬਹਿ ਗਏ ਆ ਟੇਬਲ ਦੇ ਉੱਤੇ। ਅਤੇ ਹੁਣ ਬੋਤਲਾਂ 'ਚ ਜਿਹੜਾ ਪਾਣੀ ਬਚਿਆ ਇਹ ਮੈਨੂੰ ਲੱਗਦਾ ਜਾਂ ਡੋਲਣਗੇ ਅਤੇ ਜਾਂ ਪੀਣਗੇ। ਪੂਰੀ ਆਪਦੀ ਮਨ ਮਰਜ਼ੀ ਹੋ ਰਹੀ ਆ, ਕਿਉਂਕਿ ਇਹ ਦਿਨ ਅੱਜ ਨਿਆਣਿਆਂ ਨੂੰ ਦਿੱਤਾ ਸੀ ਵੀ ਤੁਸੀਂ ਜੋ ਰੂਹ ਰਾਜ਼ੀ ਕਰਨੀ ਆਪਦੀ ਕਰ ਲਿਓ। ਅਤੇ ਲਓ ਜੀ, ਖਾਣ ਪੀਣ ਵੀ ਹੋ ਗਿਆ ਆ, ਅਤੇ ਖੇਲਾਂ ਮੇਲਾਂ ਵੀ ਹੋ ਗਈਆਂ, ਅਤੇ ਵਾਪਸੀ ਲੱਗੀ ਆ ਹੁਣ। ਅਤੇ ਸਭ ਤੋਂ ਵੱਡੀ ਗੱਲ ਇਹ ਆ, ਇੱਥੇ ਟਰੱਕ ਦੇ ਉੱਤੇ ਨਾ ਇੱਕ ਬਾਂਦਰ ਜਿਹਾ ਬਿਠਾਇਆ ਆ, ਅਤੇ ਉਹ ਬਾਂਦਰ ਅਸਲ 'ਚ ਅਸਲੀ ਤਾਂ ਨਹੀਂ ਹੈ, ਤਾਂ ਡੰਮੀ ਜੀ ਆ, ਪਰ ਇਹਨੂੰ ਇੱਦਾਂ ਲੱਗਦਾ ਰਹਿੰਦਾ ਵੀ ਇਹ ਖਰੇ ਅਸਲੀ ਆ, ਵੀ ਇਹਨੂੰ ਘਰੇ ਲੈ ਜਾਈਏ। ਅਤੇ ਲਓ ਜੀ, ਅਜੀਤ ਸਿੰਘ ਹੁਣੀ ਮੰਜਿਆਂ ਦੇ ਦਿੱਤੇ ਚਾੜ, ਅਤੇ ਜੇ ਅਸੀਂ 10 ਮਿੰਟ ਇਹਨਾਂ ਨੂੰ ਮੰਜਿਆਂ ਤੋਂ ਨਾ ਲਾਉਂਦੇ, ਮੈਨੂੰ ਲੱਗਦਾ ਇਹਨਾਂ ਨੇ ਮੰਜਿਆਂ ਦੀਆਂ ਦੌਣਾਂ ਢਿੱਲੀਆਂ ਕਰ ਦੇਣੀਆਂ ਸੀ। ਮੰਜੇ ਪਏ ਬਹੁਤ ਸੋਹਣੇ ਲੱਗਦੇ ਆ, ਬੜੇ ਲੋਕ ਖੁਸ਼ ਹੋ ਕੇ ਬਹਿੰਦੇ ਆ ਇੱਥੇ, ਕਿਉਂਕਿ ਸ਼ਹਿਰੀ ਏਰੀਆ ਜ਼ਿਆਦਾ ਹੋਣ ਕਰਕੇ। ਅਤੇ ਲਓ ਜੀ, ਅੱਜ ਦੀ ਵੀਡੀਓ ਸਮਾਪਤ ਕਰਦੇ ਹਾਂ, ਅਤੇ ਅਸੀਂ ਚੱਲੇ ਹਾਂ ਵਾਪਸ ਆਪਣੇ ਘਰੇ। ਅਤੇ ਘਰ ਜਾ ਕੇ ਜਿਹੜੀਆਂ ਖੇਲਾਂ ਮੇਲਾਂ ਹੋਣੀਆਂ ਉਹ ਤਾਂ ਚਲੋ ਬਾਕੀ ਕਰ ਵੀ ਲਈਆਂ, ਪਰ ਹੁਣ ਥੱਕੇ ਟੁੱਟੇ ਆ, ਹੁਣ ਘਰ ਦੀ ਵਾਪਸੀ ਆ। ਅਤੇ ਬਹੁਤ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਸਾਡੀਆਂ ਵੀਡੀਓ ਦੇਖਦੇ ਆ, ਲਾਈਕ ਕਰਿਓ, ਸ਼ੇਅਰ ਕਰਿਓ, ਅਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਮੇਰਾ ਵੀਰ, ਕਿਉਂਕਿ ਤੁਹਾਡੇ ਨਾਲ ਹੀ ਸਾਨੂੰ ਉਤਸ਼ਾਹ ਮਿਲਦਾ ਆ। ਜੇ ਤੁਸੀਂ ਸਾਨੂੰ ਵਧੀਆ ਰਿਸਪੋਂਸ ਦਿਓਗੇ ਤਾਂ ਤੁਹਾਡੇ ਲਈ ਹੋਰ ਬਹੁਤ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਅਸੀਂ ਆਵਾਂਗੇ। ਬਹੁਤ ਧੰਨਵਾਦ ਆ ਜਿਹੜਾ ਤੁਸੀਂ ਸਾਡੀਆਂ ਵੀਡੀਓ ਦੇਖਦੇ ਆ, ਅਤੇ ਬਹੁਤ ਬਹੁਤ ਧੰਨਵਾਦ। ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ।